ਬੱਚੇ ਨੈਕਸਟ ਆਰਟੀਕਲ ਆਪਾਂ ਕਰਨਾ ਇਲੈਕਟ੍ਰੋਕਾਇਨੈਟਿਕ ਇਫੈਕਟਸ ਠੀਕ ਹੈ ਇਹਦੇ ਵਿੱਚ ਆਪਾਂ ਕੀ ਸਟੱਡੀ ਕਰਨਾ ਓਨਸਾਗਰ ਰੈਸੀਪ੍ਰੋਕਲ ਰਿਲੇਸ਼ਨ ਨੂੰ ਸਟੱਡੀ ਕਰਨਾ ਵਾ ਠੀਕ ਹੈ ਤਾਂ ਕਿ ਆਪਾਂ ਕੁਛ ਜੋ ਇੰਟਰਫੇਰੈਂਸ ਮਤਲਬ ਹੁੰਦਾ ਵਾ ਤੁਹਾਨੂੰ ਪਤਾ ਹੀ ਇੰਟਰਫੇਰੈਂਸ ਦਾ ਮਤਲਬ ਕੀ ਹੁੰਦਾ ਵਾ ਇੱਕ ਫਿਨੋਮਨਾ ਜੋ ਦੂਸਰੇ ਫਿਨੋਮਨਾ ਨਾਲ ਰਿਲੇਟਿਡ ਹੋਵੇ ਇਰੀਵਰਜੀਬਲ ਪ੍ਰੋਸੈਸ ਦੇ ਵਿੱਚ ਠੀਕ ਹੈ ਉਹਨਾਂ ਨੂੰ ਆਪਾਂ ਸਟੱਡੀ ਕਰਨਾ ਅਤੇ ਜਿਹੜੇ ਆਹ ਵਾਲੇ ਇੰਟਰਫੇਰੈਂਸ ਦੇ ਫਿਨੋਮਨਾ ਦੀਜ਼ ਆਰ ਨੋਨ ਐਜ਼ ਦਾ ਇਲੈਕਟ੍ਰੋਕਾਇਨੈਟਿਕ ਇਫੈਕਟ ਠੀਕ ਹੈ ਵੀ ਕੰਸੀਡਰ ਏ ਸਿਸਟਮ ਕੰਸਿਸਟਿੰਗ ਆਫ ਟੂ ਵੈਸਲਸ ਵਨ ਐਂਡ ਟੂ ਆਪਾਂ ਦੋ ਵੈਸਲਸ ਕੰਸੀਡਰ ਕਰਨੀਆਂ ਵਾ ਵਨ ਅਤੇ ਟੂ ਠੀਕ ਹੈ ਵਿੱਚ ਕਮਿਊਨੀਕੇਟ ਬਾਏ ਮੀਨਸ ਆਫ ਏ ਪੋਰਸ ਵਾਲ ਔਰ ਕਪਿਲਰੀ ਇਟ ਇਜ਼ ਅਜ਼ਿਊਮ ਦੈਟ ਦ ਟੈਂਪਰੇਚਰ ਐਂਡ ਕੰਸਨਟ੍ਰੇਸ਼ਨ ਆਰ ਯੂਨੀਫਾਰਮ ਆਪਾਂ ਦੋ ਵਾਲ ਦੋ ਫੇਸ ਕੰਸੀਡਰ ਕਰਦੇ ਹਾਂ ਟੈਂਪਰੇਚਰ ਅਤੇ ਉਹਨਾਂ ਦਾ ਉਹ ਕੀ ਹੈ ਟੈਂਪਰੇਚਰ ਹੈ ਉਹਨਾਂ ਦਾ ਯੂਨੀਫਾਰਮ ਹੋਏਗਾ ਕੰਸਨਟ੍ਰੇਸ਼ਨ ਵੀ ਯੂਨੀਫਾਰਮ ਹੋਏਗੀ ਬਟ ਡਿਫਰ ਕੀ ਕਰਨਗੇ ਪ੍ਰੈਸ਼ਰ ਅਤੇ ਇਲੈਕਟ੍ਰੀਕਲ ਪੋਟੈਂਸ਼ੀਅਲ ਨਾਲ ਪ੍ਰੈਸ਼ਰ ਆਪਣਾ ਪੀ ਇਲੈਕਟ੍ਰੀਕਲ ਪੋਟੈਂਸ਼ੀਅਲ ਫਾਈ ਇਹਨਾਂ ਦੋਨਾਂ ਨਾਲ ਸਿਰਫ ਡਿਫਰ ਕਰਨਗੇ ਆਪਾਂ ਇਹ ਦੋ ਫਿਨੋਮਨਾ ਦਾ ਇੰਟਰਫੇਰੈਂਸ ਕਰਨੀ ਹੈ ਠੀਕ ਹੈ ਤਾਂ ਆਪਾਂ ਪਿੱਛੇ ਰਿਜ਼ਲਟ ਕੀਤਾ ਹੋਇਆ ਵਾ ਜੋ ਡੀ ਆਈ ਐੱਸ ਹੈ ਇੰਟਰੋਪੀ ਹੈ ਉਹ ਕਿੰਨੇ ਇਕੁਅਲ ਹੁੰਦੀ ਹੈ ਆਪਣੇ ਕੋਲ ਚੇਂਜ ਇਨ ਇੰਟਰੋਪੀ ਮਾਈਨਸ ਵਨ ਬਾਏ ਟੂ ਏ ਗਾਮਾ ਡੀ ਸਾਈ ਗਾਮਾ ਡੀ ਸਾਈ ਗਾਮਾ ਦੀ ਵੈਲਿਊ ਆਪਾਂ ਡੀ ਐਨ ਗਾਮਾ ਭਰਤੀ ਇਹ ਵੀ ਰਿਜ਼ਲਟ ਪਿੱਛੇ ਕੀਤਾ ਹੋਇਆ ਏ ਗਾਮਾ ਆਪਣੇ ਕੋਲ ਕੀ ਹੁੰਦਾ ਇਫਿਨਿਟੀ ਹੁੰਦਾ ਇਸ ਕੇਸ ਵਿੱਚ ਆਪਣੇ ਕੋਲ ਇਲੈਕਟ੍ਰੋਕੈਮੀਕਲ ਇਫਿਨਿਟੀ ਹੋ ਜੂਗੀ ਠੀਕ ਹੈ ਆਪਣੇ ਕੋਲ ਗਾਮਾ ਕੀ ਹੈ ਟ੍ਰਾਂਸਫਰ ਆਫ ਕੰਪੋਨੈਂਟ ਹੈ ਫਰੋਮ ਫੇਜ਼ ਵਨ ਟੂ ਫੇਜ਼ ਟੂ ਠੀਕ ਹੈ ਨੈਕਸਟ ਆਪਣੇ ਕੋਲ ਜੋ ਅਫਿਨਿਟੀ ਹੈ ਇਹਨੂੰ ਆਪਾਂ ਕਿੱਦਾਂ ਡਿਫਾਈਨ ਕਰ ਸਕਦੇ ਹਾਂ ਏ ਗਾਮਾ ਪਲੱਸ ਆਫ ਜੈੱਡ ਗਾਮਾ ਐੱਫ ਫਾਈ ਵਨ ਮਾਈਨਸ ਫਾਈ ਟੂ ਠੀਕ ਹੈ ਇਹ ਤੁਸੀਂ ਬੱਚੇ ਰਿਜ਼ਲਟ ਯਾਦ ਰੱਖਣਾ ਇਹ ਇਲੈਕਟ੍ਰੋਕੈਮੀਕਲ ਅਫਿਨਿਟੀ ਹੈ ਬਾਰ ਵਾਲੀ ਇਹਨੂੰ ਇਹ ਇਹਦਾ ਰਿਜ਼ਲਟ ਆਹੀ ਹੈ ਜੋ ਨੋਰਮਲ ਅਫਿਨਿਟੀ ਹੈ ਏ ਗਾਮਾ ਵਾਲੀ ਇਹ ਆਪਾਂ ਪਿੱਛੇ ਕੀਤੀ ਹੋਈ ਹੈ ਕੀ ਹੁੰਦੀ ਹੈ ਫੇਜ਼ ਵਨ ਟੂ ਫੇਜ਼ ਟੂ ਤੋਂ ਜਦੋਂ ਰਿਐਕਸ਼ਨ ਹੋਵੇ ਵਨ ਟੂ ਟੂ ਤਾਂ ਕੀ ਹੁੰਦੀ ਹੈ ਮਿਊ ਵਨ ਮਾਈਨਸ ਮਿਊ ਟੂ ਠੀਕ ਹੈ ਆਪਾਂ ਇਹ ਵਾਲੀ ਵੈਲਿਊ ਉੱਪਰ ਇਕੁਏਸ਼ਨ ਥਰਡ 'ਚ ਪੁੱਟ ਕਰ ਦੇਣੀ ਹੈ ਅਫਿਨਿਟੀ ਦੀ ਤਾਂ ਆਪਣੇ ਕੋਲ ਜੋ ਇਲੈਕਟ੍ਰੋਕੈਮੀਕਲ ਅਫਿਨਿਟੀ ਹੈ ਉਹ ਇਹਦੇ ਇਕੁਅਲ ਆ ਗਈ ਠੀਕ ਹੈ ਇਹ 'ਚ ਜਿਹੜਾ ਜੈੱਡ ਗਾਮਾ ਮੈਂ ਉਹ ਚਾਰਜ ਨੰਬਰ ਹੈ ਠੀਕ ਹੈ ਨੈਕਸਟ ਆਪਣੇ ਕੋਲ ਕੀ ਹੈ ਕਿ ਵੀ ਅਸਿਊਮ ਦੈਟ ਸਿਸਟਮ ਐਜ਼ ਏ ਹੋਲ ਇਜ਼ ਕਲੋਜ਼ਡ ਐਂਡ ਡਿਗਰੀ ਆਫ ਐਡਵਾਂਸਮੈਂਟ ਆਫ ਫੇਸ ਚੇਂਜ ਇਜ਼ ਗਿਵਨ ਬਾਏ ਆਪਣੇ ਕੋਲ ਇਲੈਕਟ੍ਰੀਕਲੀ ਨਿਊਟਰਲ ਹੈ ਇਸ ਕਰਕੇ ਜੋ ਆਪਣੇ ਕੋਲ ਡੀ ਐਨ ਗਾਮਾ ਵਨ ਅਤੇ ਡੀ ਐਨ ਗਾਮਾ ਟੂ ਹੈ ਦੋਨੋਂ ਫੇਸ ਦਾ ਉਹ ਆਪਣੇ ਕੋਲ ਕਾਮਨ ਹੈ ਡੀ ਸਾਈ ਦੇ ਇਕੁਅਲ ਠੀਕ ਹੈ ਨੈਕਸਟ ਆਪਣੇ ਕੋਲ ਮਿਊ ਗਾਮਾ ਵਨ ਮਾਈਨਸ ਮਿਊ ਗਾਮਾ ਟੂ ਜੈੱਡ ਗਾਮਾ ਵਨ ਜੈੱਡ ਗਾਮਾ ਐੱਫ ਫਾਈ ਵਨ ਮਾਈਨਸ ਫਾਈ ਟੂ ਠੀਕ ਹੈ ਇਹਨਾਂ ਦੋਨਾਂ ਨੂੰ ਆਪਾਂ ਇਕੁਏਸ਼ਨ ਸਿਕਸ ਨੂੰ ਰੀਅਰੇਂਜ ਕਰ ਲਿਆ ਠੀਕ ਹੈ ਇਕੁਏਸ਼ਨ ਸਿਕਸ ਕੈਨ ਬੀ ਰਿਟਨ ਐਸ ਨੈਕਸਟ ਇਹਨੂੰ ਡੈਲਟਾ ਮਿਊ ਗਾਮਾ ਲਿਖਤਾ ਇਹਨੂੰ ਡੈਲਟਾ ਫਾਈ ਲਿਖਤਾ ਜੋ ਡੈਲਟਾ ਮਿਊ ਗਾਮਾ ਕਹਿੰਦੇ ਇਕੁਅਲ ਵੀ ਗਾਮਾ ਡੈਲਟਾ ਪੀ ਦੇ ਇਕੁਅਲ ਠੀਕ ਹੈ ਵੀ ਗਾਮਾ ਡੈਲਟਾ ਪੀ ਠੀਕ ਹੈ ਆਪਾਂ ਇਹਦੀ ਵੈਲਿਊ ਉੱਪਰ ਪੁੱਟ ਕਰ ਦੇਣੀ ਹੈ ਇਕੁਏਸ਼ਨ ਨਾਈਨ ਦੇ ਵਿੱਚ ਤਾਂ ਆਪਣੇ ਕੋਲ ਆਹ ਵਾਲੀ ਵੈਲਿਊ ਆ ਜੂਗੀ ਠੀਕ ਹੈ ਨੈਕਸਟ ਬੱਚੇ ਆਪਣੇ ਕੋਲ ਕੀ ਹੈ ਸਿਗਮਾ ਕੀ ਹੁੰਦਾ ਬਾਏ ਡੀ ਟੀ ਡੀ ਟੀ ਲਗਾ ਦਿਓ ਹੁਣ ਆਪਾਂ ਡਿਫਾਈਨ ਕਰਨਾ ਕਿ ਜਿਹੜੀ ਫਲਕਸ ਜੇ ਆ ਉਹ ਕਹਿੰਦੇ ਇਕੁਅਲ ਹੁੰਦੀ ਹੈ ਵੀ ਗਾਮਾ ਡੀ ਐਨ ਗਾਮਾ ਠੀਕ ਹੈ ਜੇ ਦੇ ਇਕੁਅਲ ਹੈ ਜੋ ਆਈ ਹੈ ਕਹਿੰਦੇ ਇਕੁਅਲ ਹੁੰਦੀ ਹੈ ਜੈੱਡ ਗਾਮਾ ਡੀ ਐਨ ਗਾਮਾ ਠੀਕ ਹੈ ਤਾਂ ਆਪਣੇ ਕੋਲ ਕੀ ਆ ਗਿਆ ਪਿੱਛੇ ਡੈਲਟਾ ਪੀ ਓਵਰ ਡੀ ਟੀ ਠੀਕ ਹੈ ਡੈਲਟਾ ਫਾਈ ਓਵਰ ਟੀ ਠੀਕ ਹੈ ਐਂਡ ਫਿਨੋਮੀਨੋਲੋਜੀਕਲ ਇਕੁਏਸ਼ਨਸ ਆਰ ਗਿਵਨ ਬਾਏ ਹੁਣ ਇਹ 'ਚੋਂ ਬੱਚੇ ਆਪਾਂ ਆਈ ਨੂੰ ਡਿਫਾਈਨ ਕਰਨਾ ਆਈ ਦੋਨਾਂ ਵਾਸਤੇ ਐੱਲ ਵਨ ਵਨ ਕੋਫੀਸ਼ੈਂਟ ਵਾਸਤੇ ਵੀ ਐੱਲ ਵਨ ਟੂ ਕੋਫੀਸ਼ੈਂਟ ਵਾਸਤੇ ਵੀ ਦੋਨਾਂ ਨੂੰ ਦੋਨਾਂ ਦਾ ਇੰਟਰਫੇਰੈਂਸ ਆ ਗਈ ਪੋਟੈਂਸ਼ੀਅਲ ਡਿਫਰੈਂਸ ਦੀ ਵੀ ਅਤੇ ਪ੍ਰੈਸ਼ਰ ਡਿਫਰੈਂਸ ਦੀ ਵੀ ਇੱਦਾਂ ਹੀ ਜੇ ਵਾਸਤੇ ਵੀ ਦੋਨਾਂ ਦੀ ਆ ਜੂਗੀ ਇਹਦੇ ਵਾਸਤੇ ਕੋਫੀਸ਼ੈਂਟ ਚੇਂਜ ਹੋ ਜਾਣਗੇ ਬਾਕੀ ਪਿੱਛੇ ਸੇਮ ਰਹੂਗਾ ਐੱਲ ਵਨ ਟੂ ਐੱਲ ਟੂ ਟੂ ਠੀਕ ਹੈ ਤਾਂ ਇਹਦਾ ਵਰਕ ਵੀ ਡੈਲਟ ਵਿਦ ਟੂ ਇਰੀਵਰਜੀਬਲ ਪ੍ਰੋਸੈਸ ਟ੍ਰਾਂਸਫਰ ਆਫ ਮੈਟਰ ਅੰਡਰ ਦਾ ਕੰਬਾਈਂਡ ਹੁਣ ਆਪਣੇ ਕੋਲ ਆਪਾਂ ਦੋ ਪ੍ਰੋਸੈਸਿਸ ਕੀਤੀਆਂ ਆਈ ਅਤੇ ਜੇ ਕੀ ਹੈ ਆਪਣੇ ਕੋਲ ਟ੍ਰਾਂਸਫਰ ਆਫ ਮੈਟਰ ਅੰਡਰ ਦ ਇਨਫਲੂਐਂਸ ਆਫ ਬੋਥ ਪ੍ਰੈਸ਼ਰ ਡਿਫਰੈਂਸ ਐਂਡ ਪੋਟੈਂਸ਼ੀਅਲ ਡਿਫਰੈਂਸ ਠੀਕ ਹੈ ਨੈਕਸਟ ਹੈ ਆਈ ਕੀ ਹੈ ਆਪਣੇ ਕੋਲ ਇਲੈਕਟ੍ਰੀਕਲ ਕਰੰਟ ਇਲੈਕਟ੍ਰੀਕਲ ਕਰੰਟ ਵੀ ਦੋਨਾਂ ਦੇ ਅੰਡਰ ਦੇ ਇਨਫਲੂਐਂਸ ਅੰਦਰ ਹੈ ਪ੍ਰੈਸ਼ਰ ਡਿਫਰੈਂਸ ਐਂਡ ਇਲੈਕਟ੍ਰੀਕਲ ਡਿਫਰੈਂਸ ਦੇ ਅੰਦਰ ਠੀਕ ਹੈ ਤਾਂ ਇਹ 'ਚ ਆਪਾਂ ਇਹ ਵੀ ਯੂਜ਼ ਕੀਤਾ ਹੋਇਆ ਕਿ ਕ੍ਰੋਸ ਇਫੈਕਟ ਐੱਲ ਵਨ ਟੂ ਐੱਲ ਟੂ ਵਨ ਦੇ ਇਕੁਅਲ ਹੈ ਠੀਕ ਹੈ ਵਿਚ ਇਜ਼ ਡਿਊ ਟੂ ਇੰਟਰਫੇਰੈਂਸ ਆਫ ਟੂ ਇਰੀਵਰਜੀਬਲ ਪ੍ਰੋਸੈਸ ਕਿਉਂਕਿ ਇੱਥੇ ਆਪਣੇ ਕੋਲ ਟੂ ਵਨ ਆਉਣਾ ਸੀਗਾ ਐਜ਼ ਅ ਰੂਲ ਬਟ ਆਪਾਂ ਕੀ ਲਿਆ ਵਨ ਟੂ ਠੀਕ ਹੈ ਨੈਕਸਟ ਬੱਚੇ ਆਪਾਂ ਹੁਣ ਚਾਰ ਬਾਕੀ ਦੇ ਫਿਨੋਮਨਾ ਇੱਦਾਂ ਡਿਫਾਈਨ ਕਰਨੇ ਆ ਸਟ੍ਰੀਮਿੰਗ ਪੋਟੈਂਸ਼ੀਅਲ ਐੱਸ ਪੀ ਸਟ੍ਰੀਮਿੰਗ ਪੋਟੈਂਸ਼ੀਅਲ ਇਲੈਕਟ੍ਰੋਸਮੋਸਿਸ ਇਲੈਕਟ੍ਰੋਸਮੋਟਿਕ ਪ੍ਰੈਸ਼ਰ ਅਤੇ ਸਟ੍ਰੀਮਿੰਗ ਕਰੰਟ ਇਹਨਾਂ ਨੂੰ ਆਪਾਂ ਇੱਦਾਂ ਡਿਫਾਈਨ ਕਰਤਾ ਐੱਸ ਪੀ ਕੀ ਹੈ ਬੱਚੇ ਆਪਣੇ ਕੋਲ ਪੋਟੈਂਸ਼ੀਅਲ ਡਿਫਰੈਂਸ ਪਰ ਯੂਨਿਟ ਪ੍ਰੈਸ਼ਰ ਡਿਫਰੈਂਸ ਇਹ ਕੀ ਹੈ ਆਪਣੇ ਕੋਲ ਫਲੋ ਆਫ ਮੈਟਰ ਪਰ ਯੂਨਿਟ ਇਲੈਕਟ੍ਰੀਕਲ ਕਰੰਟ ਪ੍ਰੈਸ਼ਰ ਡਿਫਰੈਂਸ ਪਰ ਯੂਨਿਟ ਪੋਟੈਂਸ਼ੀਅਲ ਡਿਫਰੈਂਸ ਠੀਕ ਹੈ ਨੈਕਸਟ ਕੀ ਹੈ ਸਟ੍ਰੀਮਿੰਗ ਕਰੰਟ ਕੀ ਹੈ ਇਟ ਇਜ਼ ਡਿਫਾਈਨਡ ਐਜ਼ ਆ ਇਲੈਕਟ੍ਰੀਕਲ ਕਰੰਟ ਪਰ ਯੂਨਿਟ ਮੈਟਰ ਮੈਟਰ ਫਲਕਸ ਠੀਕ ਹੈ ਵੈਨ ਦਾ ਪ੍ਰੈਸ਼ ਪੋਟੈਂਸ਼ੀਅਲ ਡਿਫਰੈਂਸ ਇਜ਼ ਜ਼ੀਰੋ ਠੀਕ ਹੈ ਅਤੇ ਚਾਰੋਂ ਫਿਨੋਮੀਨਾ ਇੱਕ ਦੂਜੇ ਨਾਲ ਇੱਦਾਂ ਲਿੰਕ ਹੈ ਜਦੋਂ ਆਪਾਂ ਡੈਲਟਾ ਫਾਈ ਓਵਰ ਡੈਲਟਾ ਪੀ ਕਰਾਂਗੇ ਜਦੋਂ ਆਪਾਂ ਆਈ ਨੂੰ ਜ਼ੀਰੋ ਪੁੱਟ ਕਰ ਦਾਂਗੇ ਠੀਕ ਹੈ ਇਸ ਕੇਸ ਵਿੱਚ
जो आई नू जीरो पुट कर देंगे डेल्टा फाई ओवर डेल्टा पी किन्दे इक्वल आ जाएगा अपने को एल वन वन ओवर एल टू वन, ठीक है, तो माइनस जे ओवर आई दे इक्वल, ठीक है, एस पी मतलब माइनस ऑफ ईओ ईओ दे इक्वल, ईओ पी किन्दे इक्वल आ जाएगा माइनस ऑफ एस सी दे इक्वल, ठीक है। सो दिस इज ऑल अबाउट इलेक्ट्रोकैनेटिक इफेक्ट, ठीक है।